ਬੈਂਕ ਦੀ ਰਿਪੋਰਟ ਨੇ ਪੰਜਾਬ ਦੀ ਆਰਥਿਕ ਮੰਦਹਾਲੀ ਦੇ ਜਿਹੜੇ ਪਾਜ ਖੋਲੇ ਨੇ ਉਹ ਬੜੇ ਚਿੰਤਾ ਵਾਲੇ ਨੇ, ਫਿਕਰ ਵਾਲੇ ਨੇ। ਔਰ ਦੁੱਖ ਇਸ ਗੱਲ ਦਾ ਕਿ ਪੰਜਾਬ ਦੀ ਸਰਕਾਰ ਨੂੰ ਇਹਦਾ ਫਿਕਰ ਕੋਈ ਨਹੀਂ ਹੈ। ਔਰ ਉਸ ਕੈਂਕ ਦੀ ਰਿਪੋਰਟ ਦੇ ਵਿੱਚ ਤਾਂ ਕਈ ਕਿਸਮ ਦੇ ਘੁਟਾਲੇ ਵੀ ਸਾਹਮਣੇ ਨਜ਼ਰ ਆਏ ਨੇ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਪੰਜਾਬ ਸਰਕਾਰ ਨੇ 2400 ਕਰੋੜ ਰੁਪਏ ਦਾ ਜਿਹੜਾ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਬੋਝ ਲੱਦਿਆ ਪੰਜਾਬ ਦੇ ਲੋਕਾਂ ਦੀਆਂ ਜੇਬਾਂ 'ਤੇ। ਇਹ ਵਾਪਸ ਲੈਣਾ ਚਾਹੀਦਾ, ਕਿਉਂਕਿ ਪੰਜਾਬ ਦੇ ਲੋਕ ਤਾਂ ਪਹਿਲਾਂ ਆਰਥਿਕ ਮੰਦਹਾਲੀ ਕਰ ਰਹੇ ਨੇ। ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਇਹਨਾਂ ਵਿੱਚ ਵਾਧਾ ਆਮ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਹੋਰ ਤੇਜ਼ ਕਰੇਗਾ ਔਰ ਆਮ ਲੋਕਾਂ ਦੇ ਪਹੁੰਚ ਤੋਂ ਬਾਹਰ ਹੋ ਜਾਣਗੀਆਂ ਬਹੁਤ ਸਾਰੀਆਂ ਜ਼ਰੂਰੀ ਖਾਣ ਪੀਣ ਦੀਆਂ ਵਸਤੂਆਂ। ਔਰ ਮੈਂ ਸਮਝਦਾ ਪਹਿਲੇ ਹੀ ਆਰਥਿਕ ਮੰਦਹਾਲੀ ਦੇ ਪੀੜਤ ਲੋਕਾਂ 'ਤੇ ਹੋਰ ਬੋਝ ਪਾਉਣਾ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਹੈ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਣ ਤੋਂ ਬਾਅਦ ਇੱਕਦਮ ਇਹ ਬੋਝ ਪਾਇਆ ਗਿਆ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਹਾਜ਼ਰੀ ਦੇ ਵਿੱਚ। ਮਤਲਬ ਜੇ ਕੋਈ ਆਰਥਿਕ ਵਸੀਲੇ ਜਾਰੀ ਕਰਨੇ ਸੀ, ਮੋਬਲਾਈਜ਼ ਕਰਨੇ ਸੀ, ਤਾਂ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਕਰਨੇ ਚਾਹੀਦੇ ਸੀ। ਜਿਹੜਾ ਮੌਕਾ ਸੀ, ਜਾਣ ਬੁੱਝ ਕੇ ਸਰਕਾਰ ਆਪਣੇ ਆਪ ਜਿਵੇਂ ਚੋਰ ਦੀ ਦਾੜੀ 'ਚ ਤਿਣਕੇ ਵਾਲੀ ਗੱਲ ਨਜ਼ਰ ਆ ਰਹੀ ਹੈ। ਸਰਕਾਰ ਨੂੰ ਆਪਣੀ ਇਸ ਕਮਜ਼ੋਰੀ ਨਜ਼ਰ ਆ ਰਹੀ ਸੀ, ਸਰਕਾਰ ਨੂੰ ਗਲਤ ਕਾਰਵਾਈ ਨਜ਼ਰ ਆ ਰਹੀ ਸੀ, ਇਸੇ ਕਰਕੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਸਾਹਮਣੇ ਹੌਸਲਾ ਨਹੀਂ ਕਰ ਸਕੀ ਇੰਨਾ ਬੋਝ ਪਾਉਣ ਦਾ। ਸੋ ਇਹ ਜਿਹੜੀ ਚੋਰ ਦਰਵਾਜ਼ੇ ਲੋਕਾਂ ਦੀਆਂ ਜੇਬਾਂ ਲੁੱਟੀਆਂ ਨੇ, ਇਹ ਸਰਾਸਰ ਗਲਤ ਆ। ਸਰਕਾਰ ਨੂੰ ਵਾਧਾ ਵਾਪਸ ਲੈਣਾ ਚਾਹੀਦਾ, ਬਲਕਿ ਕੇਵਲ ਡੀਜ਼ਲ ਅਤੇ ਪੈਟਰੋਲ ਹੀ ਨਹੀਂ ਮਹਿੰਗੇ ਕੀਤੇ, ਨਾਲ ਨਾਲ ਮਤਲਬ ਬਿਜਲੀ ਦੀ ਜਿਹੜੀ 3 ਰੁਪਏ ਪਰ ਯੂਨਿਟ ਜਿਹੜੀ 7 ਕਿਲੋਵਾਟ ਤੱਕ ਦੀ ਖਪਤਕਾਰ ਸੀ ਉਹਨਾਂ ਤੋਂ ਸਬਸਿਡੀ ਵੀ ਵਾਪਸ ਲੈ ਲਈ। ਔਰ ਇਹਦੇ ਨਾਲ ਸਟੇਟ ਰੈਵਨਿਊ ਨੂੰ ਫਾਇਦਾ ਨਹੀਂ ਹੋਏਗਾ, ਸਟੇਟ ਰੈਵਨਿਊ ਬਲਕਿ ਮਤਲਬ ਲੱਗਿਆ ਘਟੇਗਾ, ਕਿਉਂਕਿ ਗਵਾਂਢੀ ਸੂਬਿਆਂ ਵਿੱਚ ਤੇਲ ਬਹੁਤ ਸਸਤਾ। ਚੰਡੀਗੜ੍ਹ 6 ਰੁਪਏ ਪਰ ਲੀਟਰ ਸਸਤਾ ਹੋ ਗਿਆ ਪੰਜਾਬ ਤੋਂ ਤੇਲ, ਸਾਰੀ ਮੋਹਾਲੀ ਹੁਣ ਚੰਡੀਗੜ੍ਹ ਤੋਂ ਤੇਲ ਪਵਾ ਰਹੀ ਆ। ਆਹ ਸਾਰਾ ਦੇਵੀਗੜ੍ਹ ਦਾ ਏਰੀਆ, ਸਾਡਾ ਘਨੌਰ ਦਾ ਏਰੀਆ, ਸਾਰਾ ਹਰਿਆਣੇ ਤੋਂ ਤੇਲ ਪਵਾਏਗਾ। ਮਤਲਬ ਫੁੱਲ ਰੈਵਨਿਊ ਜਿਹੜਾ ਹੈ ਪੰਜਾਬ ਦਾ ਵਧੇਗਾ ਨਹੀਂ ਬਲਕਿ ਘਟੇਗਾ, ਅਤੇ ਲੋਕਾਂ ਦੀ ਪਰੇਸ਼ਾਨੀ ਵਧੇਗੀ। ਸਰਕਾਰ ਨੂੰ ਜਿਹੜੀ ਫੀਡਬੈਕ ਆ, ਜਾਂ ਇਹ ਕਹਿ ਲਓ ਸਰਕਾਰ ਦੀ ਅਣਜਾਣਤਾ ਜਿਹੜੀ ਆ, ਉਹ ਬੜੇ ਗਲਤ ਕੰਮ ਕਰਾ ਰਹੀ ਆ। ਔਰ ਦੁੱਖ ਇਸ ਗੱਲ ਦਾ ਕਿ ਪੰਜਾਬ ਜਿੱਥੇ ਪੈਸਾ ਪੰਜਾਬ ਦਾ ਹੱਕ ਵੜਦਾ ਉੱਧਰ ਨੂੰ ਸਰਕਾਰ ਮੂੰਹ ਨਹੀਂ ਕਰ ਰਹੀ। ਕਰੋੜਾਂ ਰੁਪਈਆ ਪੰਜਾਬ ਦਾ ਕੇਂਦਰ ਕੋਲ ਪਿਆ RDF ਦਾ, ਉਸ ਪਾਸੇ ਨਾ ਕੋਈ ਵਜ਼ੀਰ ਗਿਆ, ਨਾ ਕੋਈ ਅਧਿਕਾਰੀ ਗਿਆ, ਨਾ ਮੁੱਖ ਮੰਤਰੀ ਸਾਹਿਬ ਖੁਦ ਆਪ ਗਏ, ਹੋਰ ਤਾਂ ਹੋਰ ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਾਟ ਕਰਕੇ ਬੈਠ ਗਏ। ਜੇ ਜੱਜ ਦੇ ਸਾਹਮਣੇ ਵਕੀਲ ਜਾਏਗਾ ਨਹੀਂ ਤਾਂ ਜੱਜ ਫੈਸਲਾ ਕਿਵੇਂ ਕਰੇਗਾ? ਅੱਜ ਪੰਜਾਬ ਲਾ ਵਾਰਤਾ, ਪੰਜਾਬ ਦਾ ਵਾਲੀ ਵਾਰ ਕੋਈ ਨਹੀਂ, ਪੰਜਾਬ ਨੂੰ ਮਤਲਬ ਜਿਸ ਰੱਬ ਦੇ ਸਹਾਰੇ ਛੱਡਿਆ ਹੋਇਆ, ਇਹ ਮੈਂ ਸਮਝਦਾ ਇਹਦੇ ਨਾਲ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ। ਔਰ ਸਰਕਾਰ ਨੂੰ ਤੁਰਤ ਮੈਂ ਸਮਝਦਾ ਵਾਅਦਾ ਵਾਪਸ ਲੈਣਾ ਚਾਹੀਦਾ। ਪੰਜਾਬ ਦੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਸੜਕਾਂ 'ਤੇ ਆਉਣ, ਉਹ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੀ ਥਾਂ, ਇੱਕ ਦੂਜੇ 'ਤੇ ਚਿੱਕੜ ਖਾਣ ਦੀ ਥਾਂ, ਉਹ ਸਾਹਮਣੇ ਮਤਲਬ ਇਹ ਸਰਕਾਰ ਦੀ ਗਲਤ ਨੀਤੀ ਦਾ ਵਿਰੋਧ ਕਰਨ ਦੇ ਕਰਕੇ ਆਓ, ਸੜਕਾਂ 'ਤੇ ਆਓ, ਰੋਡ ਧਰਨੇ ਮੁਜ਼ਾਹਰੇ ਕਰਨ, ਤਾਂ ਕਿ ਸਰਕਾਰ ਨੂੰ ਸਿੱਧੇ ਰਾਹ ਤੋਰਿਆ ਜਾਵੇ। ਸਰਕਾਰ ਨੂੰ ਲੋਕਾਂ ਦੇ ਹੱਕ ਲੈਣ ਲਈ, ਪੰਜਾਬੀਆਂ ਦੇ ਹੱਕ ਲੈਣ ਲਈ ਮਜਬੂਰ ਕੀਤਾ ਜਾਵੇ ਕੇਂਦਰ ਦੇ ਸਾਹਮਣੇ ਗੱਲ ਕਰਨ ਲਈ। ਹੁਣ ਸਰਕਾਰ ਜਿਹੜੀ ਆ ਉਹ ਇੱਕ ਕਿਸਮ ਦੀ ਭੈ ਭੀਤ ਹੋਈ ਬੈਠੀ ਆ ਕੇਂਦਰ ਸਾਹਮਣੇ ਗੱਲ ਕਰਨ ਤੋਂ। ਅੱਜ ਪੰਜਾਬ ਇਸ ਮੰਦਹਾਲੀ 'ਚੋਂ ਦੌਰ ਤੋਂ ਲੰਘ ਰਿਹਾ, ਬੜੇ ਦੁੱਖ ਦੀ ਗੱਲ ਹੈ।